ਵੈਲਕਮ ਟੂ ਦਾ ਸੀਜ਼ਨ ਫਿਨਾਲੇ। ਆਓ ਬਣੀਏ ਗੁਰਸਿੱਖ ਪਿਆਰਾ ਕੁਇਜ਼ ਸ਼ੋਅ ਦੇ ਫਾਈਨਲ ਐਪੀਸੋਡ ਦੇ ਵਿੱਚ। ਦੁਨੀਆ ਭਰ ਦੇ ਦਰਸ਼ਕਾਂ ਦਾ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ। ਜਿਸ ਤਰ੍ਹਾਂ ਕਿ ਸਾਡੇ ਵਿਊਅਰਸ ਨੂੰ ਪਤਾ ਹੈ ਕਿ 14 ਐਪੀਸੋਡਸ ਸੀਜ਼ਨ 32 ਦੇ ਕੰਪਲੀਟ ਹੋ ਚੁੱਕੇ ਹਨ ਔਰ 32 ਸੀਜ਼ਨ ਦਾ ਅੱਜ ਲਾਸਟ 15th ਐਪੀਸੋਡ ਹੈ, ਜਿਹਦੇ ਵਿੱਚ ਅਸੀਂ ਆਪਣੇ ਰੋਲ ਓਵਰ ਕੰਟੈਸਟੈਂਟ ਜਗਜੀਤ ਕੌਰ ਜੀ ਦੀ ਪਰਫੋਰਮੈਂਸ ਨੂੰ ਦੇਖਾਂਗੇ, ਜਿਹੜੇ 7 ਕੁਐਸਚਨਸ ਦੇ ਬਿਲਕੁਲ ਠੀਕ ਜਵਾਬ ਦੇ ਚੁੱਕੇ ਹਨ। ਉਸ ਤੋਂ ਪਹਿਲੇ ਅਸੀਂ ਇੱਕ ਸਾਂਝ ਪਾ ਲੈਂਦੇ ਹਾਂ ਆਪਣੇ ਦਰਸ਼ਕਾਂ ਦੇ ਨਾਲ ਕਿ ਗੁਰਦੁਆਰਾ ਦੁਨੀਆ ਦੇ ਵਿੱਚ ਇੱਕ ਵੱਖਰਾ ਸਥਾਨ ਕਿਵੇਂ ਹੈ। ਇਹ ਇੱਕ ਸਮਾਜਿਕ ਅਤੇ ਰੂਹਾਨੀ ਕੇਂਦਰ ਹੈ, ਸੋਸ਼ਲ ਅਤੇ ਸਪਿਰਿਚੁਅਲ ਦਾ ਸੁਮੇਲ ਹੈ। ਇੱਥੇ ਜਿੱਥੇ ਜੀਵਨ ਨੂੰ ਉੱਚਾ ਚੁੱਕਣ ਲਈ ਗੁਰਬਾਣੀ ਪੜ੍ਹਨੀ, ਸੁਣਨੀ ਅਤੇ ਵਿਚਾਰਨੀ, ਜਿਹੜੀ ਸਭ ਤੋਂ ਉੱਪਰ ਹੈ, ਵਿਚਾਰ ਕਰਨੀ, ਸਭ ਸੇ ਉੱਪਰ ਗੁਰ ਸ਼ਬਦ ਵਿਚਾਰ। ਤੋ ਇਸ ਨਾਲ ਮਨੁੱਖ ਦੀ ਜਿਸ ਤਰ੍ਹਾਂ ਰੂਹਾਨੀ ਤਰੱਕੀ ਹੁੰਦੀ ਹੈ, ਨਾਲ ਹੀ ਸਮਾਜਿਕ ਭਾਈਚਾਰੇ ਨੂੰ ਵੀ ਇੱਥੇ ਸੰਭਾਲ ਕੇ ਰੱਖਿਆ ਗਿਆ। ਸੋ ਸਾਡੇ ਪ੍ਰਬੰਧਕ ਵੀਰਾਂ ਦਾ ਇਹ ਇੱਕ ਬੜਾ ਜ਼ਰੂਰੀ ਫਰਜ਼ ਬਣ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਗੁਰਦੁਆਰਾ ਸਾਨੂੰ ਇੱਕ ਐਸਾ ਸਥਾਨ ਦਿੱਤਾ ਹੈ ਜਿੱਥੇ ਅਸੀਂ ਆਪਣੇ ਭਾਈਚਾਰਕ ਵਿਸ਼ਿਆਂ 'ਤੇ ਵੀ ਆਪਣੀ ਇੱਕ ਦੂਜੇ ਦੀ ਮਦਦ, ਯੂਥ ਲਈ ਇੰਪਲੋਇਮੈਂਟ ਦੀ ਅਪੋਰਚੁਨਿਟੀਜ਼, ਉਹਨਾਂ ਦੇ ਐਜੂਕੇਸ਼ਨ ਲਈ, ਉਹਨਾਂ ਦੇ ਰੋਜ਼ਗਾਰ ਲਈ ਔਰ ਉਹਨਾਂ ਦੀ ਸਿਹਤ ਲਈ, ਹਰ ਤਰ੍ਹਾਂ ਦਾ ਸਾਨੂੰ ਜਿਹੜਾ ਹੈ ਉਹ ਕੰਮ ਇੱਥੇ ਕਰਨ ਲਈ ਲੋੜੀਂਦਾ ਹੈ। ਸੋ ਅੱਜ ਦੇ ਯੁੱਗ ਵਿੱਚ ਵਰਲਡ ਓਵਰ ਗੁਰਦੁਆਰਾ ਸਾਹਿਬ ਬਣ ਚੁੱਕੇ ਹਨ, ਜਿੱਥੇ ਵੀ ਇੱਕ ਗੁਰਸਿੱਖ ਪੁੱਜਦਾ ਹੈ ਉਹਦੇ ਮਨ ਦੇ ਅੰਦਰ ਤਾਂਘ ਹੁੰਦੀ ਹੈ ਕਿ ਗੁਰਦੁਆਰਾ ਸਾਹਿਬ ਬਣਾਇਆ ਜਾਏ ਅਤੇ ਉਹ ਮਿਲ ਕੇ ਸੰਗਤ ਕ੍ਰੀਏਟ ਕਰਦਾ ਹੈ। ਤੋ ਇਹ ਬੜਾ ਜ਼ਰੂਰੀ ਬਣ ਜਾਂਦਾ ਹੈ ਕਿ ਜੇ ਅਸੀਂ ਗੁਰਦੁਆਰੇ ਵਿੱਚ ਜਿੱਥੇ, ਕਿਉਂਕਿ ਸੋਸ਼ੋ ਸਪਿਰਿਚੁਅਲ ਜਿਹੜੀ ਕੁਆਲਿਟੀ ਹੈ ਗੁਰਦੁਆਰਾ ਸਾਹਿਬ ਦੀ, ਬਿਲਕੁਲ ਇਸੀ ਕਰਕੇ ਐਕਸਕਲੂਸਿਵ ਸੰਸਥਾ ਹੈ ਸਾਡੀ ਗੁਰਦੁਆਰਾ ਦੁਨੀਆ ਭਰ ਦੇ ਵਿੱਚ। ਤੋ ਸਾਨੂੰ ਇਹ ਗੱਲਾਂ ਵੱਲ ਵੀ, ਜਿਹੜੇ ਸਮਾਜਿਕ ਭਾਈਚਾਰੇ ਦੀਆਂ ਗੱਲਾਂ, ਕਮਿਊਨਿਟੀ ਦੇ ਜਿਤਨੇ ਵੀ ਪੱਖ ਹੋ ਸਕਦੇ ਹਨ ਉਹਨਾਂ ਨੂੰ ਪ੍ਰਫੁੱਲਤ ਕਰਨ ਲਈ ਸਾਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਸੋ ਆਓ ਜਗਜੀਤ ਕੌਰ ਜੀ ਨੂੰ ਜੀ ਆਇਆਂ ਕਹਿੰਦੇ ਹਾਂ। ਜਗਜੀਤ ਕੌਰ ਜੀ, ਸਾਡੇ ਦਰਸ਼ਕਾਂ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ 7 ਕੁਐਸਚਨਸ ਦੇ ਬਿਲਕੁਲ ਠੀਕ ਜਵਾਬ ਦੇ ਚੁੱਕੇ ਸੋ ਅਸੀਂ 8ਵਾਂ ਕੁਐਸਚਨ ਆਪ ਜੀ ਨੂੰ ਦੇਣੇ ਜਾ ਰਹੇ ਹਾਂ। ਅੱਜ ਦਾ ਕੋਟ ਲੈ ਲੈਂਦੇ ਹਾਂ। ਦ ਫਸਟ ਸਟੈਪ ਇਜ਼ ਆਲਵੇਜ਼ ਡਿਫੀਕਲਟ ਐਂਡ ਹਾਰਡ, ਵੰਸ ਵੀ ਟੇਕ ਦ ਫਸਟ ਸਟੈਪ, ਟੇਕਿੰਗ ਅਦਰ ਸਟੈਪਸ ਵਿਲ ਬੀ ਸਮੂਦਰ,
ਈਜ਼ੀਅਰ ਐਂਡ ਈਵਨ ਇੰਜੋਏਬਲ। ਤੋ 7 ਕੁਐਸਚਨ ਲੈਵਲ 1 ਵੀ ਕ੍ਰਾਸ ਹੋ ਗਿਆ, ਜਗਜੀਤ ਕੌਰ ਜੀ ਦਾ 7 ਕੁਐਸਚਨਸ ਵੀ ਪੂਰੇ ਹੋ ਗਏ ਅਤੇ ਅੱਜ ਹੁਣ ਜੀ ਲਾਸਟ ਸਟੈਪ ਵਿੱਚ ਆ ਗਏ 8ਵਾਂ ਕੁਐਸਚਨ ਜਗਜੀਤ ਕੌਰ ਜੀ ਲਈ ਉਹਨਾਂ ਦੀ ਸਕਰੀਨ 'ਤੇ। ਆਈਡੈਂਟੀਫਾਈ ਦੀ ਵਾਇਸ ਆਫ ਸਿੱਖ ਸਕਾਲਰ, ਸਿੱਖ ਵਿਦਵਾਨ ਦੀ ਆਵਾਜ਼ ਦੀ ਪਛਾਣ ਕਰੋ। ਸ਼ੁਭ ਅਮਲਾਬਾਦ ਜੋ ਦੋਨੋਂ ਰੋਈ, ਜੇ ਪ੍ਰੈਕਟਿਸ ਨਹੀਂ ਹੈ ਤੇ ਦੋਨੋਂ ਹੀ ਯੂਜ਼ਲੈਸ ਨੇ। ਕੋਈ ਵੀ ਧਰਮ ਫਾਇਦੇਮੰਦ ਨਹੀਂ, ਸਿਰਫ ਰਿਚੁਅਲਿਜ਼ਮ ਹੈ, ਸਿਰਫ ਸਾਡੇ ਜਿਹੜਾ ਸਰੂਪ ਹੈ, ਤੇ ਜੇ ਸਰੂਪ ਤੋਂ ਬਾਅਦ ਸਾਡਾ ਜੀਵਨ ਨਾ ਹੋਵੇ ਤੇ ਉਹ ਧਰਮ ਦਿਖਾਵਾ ਹੈ, ਦੰਭ ਹੈ, ਹਿਪੋਕ੍ਰੇਸੀ ਹੈ। ਉਹ ਅੱਜ ਜੋ ਕੁਛ ਹੋ ਰਿਹਾ ਇਹ ਹਿਪੋਕ੍ਰੇਸੀ ਹੈ, ਔਰ ਖਾਸ ਕਰਕੇ ਜਿਹੜੇ ਮੇਰੇ ਵਰਗੇ ਸਾਬਤ ਸੂਰਤ ਪਹਿਰਾਵੇ ਵਾਲੇ ਲੋਕ ਨੇ। ਹਾਂਜੀ, ਆਪਸ਼ਨਸ ਆ ਗਏ ਜੀ, ਏ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ, ਬੀ ਡਾਕਟਰ ਹਰਜਿੰਦਰ ਸਿੰਘ ਦਿਲਗੀਰ, ਸੀ ਪ੍ਰੋਫੈਸਰ ਇੰਦਰ ਸਿੰਘ ਗੱਗਾ, ਜਾਂ ਡੀ ਭਾਈ ਰਜਿੰਦਰ ਸਿੰਘ ਖਾਲਸਾ ਪੰਚਾਇਤ। ਕਿਹੜੀ ਆਪਸ਼ਨ ਨਾਲ ਆਪ ਜੀ ਜਾਣਾ ਚਾਹੋਗੇ, ਆਵਾਜ਼ ਦੀ ਪਛਾਣ ਕਰ ਸਕੇ ਜਗਜੀਤ ਕੌਰ ਜੀ? ਆਪ ਜੀ ਦੀ ਇੱਕ ਲਾਈਫ ਲਾਈਨ 50-50 ਦੀ ਅਵੇਲੇਬਲ ਹੈ, ਕਿਧਰੇ ਵੀ ਆਪ ਜੀ ਨੂੰ ਲੋੜ ਹੋਏ ਤਾਂ ਜ਼ਰੂਰ ਉਹਦਾ ਇਸਤੇਮਾਲ ਕਰੋਗੇ। ਸਾਡੀ ਇਹ ਸਾਰੇ ਪਾਰਟੀਸਪੈਂਟਸ ਨੂੰ ਸਿੰਸੀਅਰ ਐਡਵਾਈਸ ਹੁੰਦੀ। ਅਸੀਂ ਦੋ ਗਲਤ ਆਪਸ਼ਨ ਆਪ ਜੀ ਲਈ ਮਿਟਾ ਦਿੰਦੇ ਹਾਂ ਤੇ ਆਪ ਜੀ ਦਾ ਕੰਮ ਥੋੜ੍ਹਾ ਆਸਾਨ ਹੋ ਜਾਏਗਾ। ਪਲੀਜ਼ ਕੰਪਿਊਟਰ ਜੀ, ਦੋ ਗਲਤ ਆਪਸ਼ਨ ਮਿਟਾ ਦਿੱਤੇ ਜਾਣ। ਜਗਜੀਤ ਕੌਰ ਜੀ, ਸੀ ਔਰ ਡੀ ਆਪਸ਼ਨ ਮਿਟਾ ਦਿੱਤੇ ਗਏ, ਏ ਔਰ ਬੀ, ਫਸਟ ਟੂ ਆਪਸ਼ਨ ਆਰ ਦੇਅਰ, ਹੁਣ ਤੁਸੀਂ ਉਹਨਾਂ ਚੋਂ ਜਲਦੀ ਦੇ ਨਾਲ ਸਿਲੈਕਟ ਕਰੋ ਜੀ। ਹਾਂਜੀ, ਮੈਂ ਆਪਸ਼ਨ ਏ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨਾਲ ਜਾਣਾ ਚਾਹਾਂਗੀ। ਆਪ ਜੀ ਨੇ ਆਪਸ਼ਨ ਏ ਸਿਲੈਕਟ ਕੀਤਾ ਤੇ ਅਸੀਂ ਲੌਕ ਕਰਕੇ ਦੇਖਦੇ ਹਾਂ ਕਿ ਆਪ ਜੀ ਦਾ ਜਵਾਬ ਠੀਕ ਹੈ ਕਿ ਨਹੀਂ। ਓ, ਆਪ ਜੀ ਦਾ ਇਹ ਜਵਾਬ ਤਾਂ ਗਲਤ ਹੋ ਗਿਆ ਜੀ, ਇਹ ਤਾਂ ਵਾਇਸ ਸੀ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦੀ, ਜਿਹੜੇ ਕੌਮ ਵਾਸਤੇ ਇੱਕ ਬੜਾ ਇੰਪੋਰਟੈਂਟ ਮੈਸੇਜ ਦੇ ਰਹੇ ਸਨ। ਐਨੀ ਓ, ਆਪ ਜੀ ਨੇ ਬਹੁਤ ਅੱਛਾ ਪਰਫੋਰਮ ਕੀਤਾ, ਸਾਡੇ ਦਰਸ਼ਕ ਵੀ ਇਸ ਗੱਲ ਦੀ ਗਵਾਹੀ ਦੇਣਗੇ। ਆਪ ਜੀ ਨੂੰ ਪਿਆਰ ਅਤੇ ਸਤਿਕਾਰ ਦੇਣ ਲਈ ਮੈਂ ਰਿਕੁਐਸਟ ਕਰ ਰਿਹਾ ਹਾਂ ਸਰਦਾਰ ਹਰਜੀਤ ਸਿੰਘ ਜੀ ਨਵੀਂ ਦਿੱਲੀ ਤੋਂ, ਅਤੇ ਨਾਲ ਹੀ ਸਾਡੇ ਟੀਮ ਮੈਂਬਰ ਸਰਦਾਰਨੀ ਮਮਤਾ ਕੌਰ ਜੀ ਅਤੇ ਸਰਦਾਰ ਮਨਜੀਤ ਸਿੰਘ ਜੀ। ਆਪ ਜੀ ਨੂੰ ਸਿਮਕੋ ਔਰ ਵਾਈਬਰ ਟੀ ਵੀ ਵੱਲੋਂ ਗਿਫਟ ਐਂਪਰ ਔਰ ਕੈਸ਼ ਪ੍ਰਾਈਜ਼ ਦੇ ਰਹੇ ਹਨ, ਪਲੀਜ਼ ਐਕਸੈਪਟ। ਸਾਡੇ ਅਗਲੇ ਕੰਟੈਸਟੈਂਟ ਹਨ ਉਪਕਾਰ ਕੌਰ ਜੀ ਬਿਲਾਈ ਛੱਤੀਸਗੜ੍ਹ ਤੋਂ, ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਉਪਕਾਰ ਕੌਰ ਬਿਲਾਈ ਛੱਤੀਸਗੜ੍ਹ ਤੋਂ ਇੱਕ ਔਨਲਾਈਨ ਪ੍ਰੀਖਿਆ ਪਾਸ ਕਰਕੇ ਇਸ ਮੰਚ ਤੱਕ ਪਹੁੰਚੀ ਹਾਂ। 12ਵੀਂ ਦੀ ਪੜ੍ਹਾਈ ਦੇ ਨਾਲ 2 ਸਾਲਾ ਸਿੱਖ ਮਿਸ਼ਨਰੀ ਕੋਰਸ ਕਰਨ ਉਪਰੰਤ ਮੈਰਿਟ ਦਾ ਸਥਾਨ ਪ੍ਰਾਪਤ ਕੀਤਾ ਹੈ। ਅਖੰਡ ਪਾਠੀ ਹਾਂ, ਕੀਰਤਨ ਕਰਨਾ, ਬੱਚਿਆਂ ਨੂੰ ਪੜ੍ਹਾਉਣਾ, ਸਿਲਾਈ ਕਢਾਈ ਅਤੇ ਕੁਕਿੰਗ ਕਰਨਾ ਮੇਰੀ ਹੋਬੀਜ਼ ਹੈ। ਸਿਲੇਬਸ ਦੀ ਚੰਗੀ ਤਰ੍ਹਾਂ ਤਿਆਰੀ ਕੀਤੀ ਹੈ ਅਤੇ ਕੋਸ਼ਿਸ਼ ਕਰਾਂਗੀ ਕਿ ਵੱਧ ਤੋਂ ਵੱਧ ਸਵਾਲਾਂ ਦੇ ਜਵਾਬ ਦੇ ਸਕਾਂ। ਆਪ ਜੀ ਕੌਨਫੀਡੈਂਟ ਲੱਗ ਰਹੇ ਹੋ ਅਤੇ ਅਸੀਂ ਆਪ ਜੀ ਦੇ ਨਾਲ ਗੇਮ ਸ਼ੁਰੂ ਕਰਦੇ ਹਾਂ। ਰੂਲਸ ਦੀ ਆਪ ਜੀ ਨੂੰ ਆਲਰੇਡੀ ਜਾਣਕਾਰੀ ਹੈ। ਪਹਿਲਾ ਕੁਐਸਚਨ ਉਪਕਾਰ ਕੌਰ ਜੀ ਲਈ, ਹੁਣ ਉਹਨਾਂ ਦੀ ਸਕਰੀਨ 'ਤੇ।
ਵਟ ਇਜ਼ ਦਾ ਆਈਡੀਆ ਬਿਹਾਈਂਡ ਦੀ ਆਰਮਰ ਗਿਵਨ ਬਾਏ ਗੁਰੂ ਗੋਬਿੰਦ ਸਿੰਘ ਜੀ? ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੇ ਸ਼ਸਤਰ ਪਿੱਛੇ ਵਿਚਾਰ ਕੀ ਹੈ? ਆਪ ਜੀ ਦੇ ਆਪਸ਼ਨ ਹੁਣ ਸਕਰੀਨ ਤੇ। ਏ ਓਵਰ ਪਾਵਰਿੰਗ ਦੀ ਟਾਇਰੈਂਟ, ਜਰਵਾਣੇ ਦੀ ਪੱਖਿਆ। ਬੀ ਪ੍ਰੋਟੈਕਸ਼ਨ ਆਫ ਦੀ ਓਪਰੈਸ, ਮਜ਼ਲੂਮ ਦੀ ਰੱਖਿਆ। ਸੀ ਸੈਲਫ ਪ੍ਰਾਈਡ, ਸਵੈ ਮਾਣ। ਡੀ ਆਲ ਆਫ ਦੀ, ਇਹ ਸਾਰੇ ਹੀ। ਕਿਹੜੀ ਆਪਸ਼ਨ ਆਪ ਜੀ ਨੂੰ ਠੀਕ ਲੱਗਦੀ ਹੈ? ਸਰ ਮੈਂ ਡੀ ਆਪਸ਼ਨ, ਇਹ ਸਾਰੇ ਹੀ ਨਾਲ ਜਾਣਾ ਚਾਹਾਂਗੀ। ਡੀ ਆਪਸ਼ਨ ਨੂੰ ਲੌਕ ਕਰਕੇ ਦੇਖਦੇ ਹਾਂ ਕਿ ਆਪ ਜੀ ਦਾ ਜਵਾਬ ਠੀਕ ਹੈ ਜਾਂ ਨਹੀਂ। ਬਿਲਕੁਲ ਠੀਕ ਜਵਾਬ ਹੋ ਗਿਆ ਹੈ। ਬਹੁਤ ਅੱਛੀ ਓਪਨਿੰਗ ਆਪ ਜੀ ਦੀ, ਔਰ ਬੜਾ ਅੱਛਾ ਮੈਸੇਜ ਸਾਡੇ ਸਾਰੇ ਵਿਊਅਰਸ ਲਈ ਕਿ ਸ਼ਸਤਰ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ ਉਹਦੇ ਪਿੱਛੇ ਭਾਵਨਾ ਕੀ। ਵਧਾਂਗੇ ਜੀ ਸੈਕਿੰਡ ਕੁਐਸਚਨ ਵੱਲ, ਜਿਹੜਾ ਕਿ ਹੁਣ ਉਪਕਾਰ ਕੌਰ ਜੀ ਲਈ ਉਹਨਾਂ ਦੀ ਸਕਰੀਨ 'ਤੇ। ਵਿੱਚ ਗੁਰਦੁਆਰਾ ਇਜ਼ ਸਿਚੁਏਟਡ ਐਟ ਦੀ ਪਲੇਸ ਵੇਅਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵਾਸ ਕ੍ਰੀਮੇਟਿਡ, ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਸੰਸਕਾਰ ਕੀਤਾ ਗਿਆ, ਉਸ ਥਾਂ 'ਤੇ ਕਿਹੜਾ ਗੁਰਦੁਆਰਾ ਹੈ? ਆਪ ਜੀ ਦੇ ਆਪਸ਼ਨਸ, ਏ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ, ਬੀ ਗੁਰਦੁਆਰਾ ਬਾਲਾ ਸਾਹਿਬ ਦਿੱਲੀ, ਸੀ ਗੁਰਦੁਆਰਾ ਪੰਜੋਖਰਾ ਸਾਹਿਬ ਅੰਬਾਲਾ, ਜਾਂ ਡੀ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ। ਕਿਹੜੀ ਆਪਸ਼ਨ ਆਪ ਜੀ ਨੂੰ ਠੀਕ ਲੱਗਦੀ ਹੈ? ਸਰ ਮੈਂ ਗੁਰਦੁਆਰਾ ਬਾਲਾ ਸਾਹਿਬ ਦਿੱਲੀ ਦੇ ਨਾਲ ਜਾਣਾ ਚਾਹਾਂਗੀ ਜੀ। ਠੀਕ ਹੈ ਜੀ, ਬੀ ਆਪਸ਼ਨ ਨੂੰ ਅਸੀਂ ਲਾਕ ਕਰਕੇ ਕੰਪਿਊਟਰ ਜੀ ਤੋਂ ਪੁੱਛ ਲੈਂਦੇ ਹਾਂ ਕਿ ਆਪ ਜੀ ਦਾ ਜਵਾਬ ਠੀਕ ਹੈ ਕਿ ਨਹੀਂ, ਔਰ ਉਹਨਾਂ ਨੇ ਵੀ ਕਹਿਤਾ ਕਿ ਆਪ ਜੀ ਦਾ ਜਵਾਬ ਠੀਕ ਹੈ। ਗੁਰਦੁਆਰਾ ਬਾਲਾ ਸਾਹਿਬ ਵਿਖੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਸੰਸਕਾਰ ਕੀਤਾ ਗਿਆ। ਦਰਸ਼ਕੋ, ਅਸੀਂ ਇੱਥੇ ਇੱਕ ਬ੍ਰੇਕ ਲਈ ਜਾ ਰਹੇ ਹਾਂ। ਬ੍ਰੇਕ ਤੋਂ ਬਾਅਦ ਮੇਰੇ ਕੋ-ਐਂਕਰ ਸਰਦਾਰ ਕੁਲਮੋਹਨ ਸਿੰਘ ਜੀ ਸਰਦਾਰਨੀ ਉਪਕਾਰ ਕੌਰ ਜੀ ਦੇ ਨਾਲ ਗੇਮ ਨੂੰ ਕੰਟੀਨਿਊ ਰੱਖਣਗੇ। ਆਪ ਜੀ ਨੇ ਕਿਧਰੇ ਨਹੀਂ ਜਾਣਾ। ਪਸੀਨਾ ਨੂੰ ਪਸੀਨਾ ਨਹੀਂ ਖੁਸ਼ਬੂ ਪਸੰਦ ਹੈ, ਇਸ ਲਈ ਸਿਮਕੋ ਸਵਿਫਟ ਮੈਨ ਲੌਂਗ ਲਾਸਟਿੰਗ ਡੀਓਸ। ਬਾਕੀ ਸਭ ਭੁੱਲ ਹੈ, ਸਿਮਕੋ ਸਵਿਫਟ ਕੂਲ ਹੈ। ਜਬ ਆਪਕੋ ਗਰਮੀ ਲੱਗਦੀ ਹੈ ਤੋ ਆਪਕੋ ਗੁੱਸਾ ਆਤਾ ਹੈ, ਜਬ ਆਪਕੋ ਗੁੱਸਾ ਆਤਾ ਹੈ ਤੋ ਆਪ ਝਗੜਤੇ ਹੈ, ਜਬ ਆਪ ਝਗੜਤੇ ਹੈ ਤੋ ਆਪਕੋ ਘਰ ਸੇ ਬਾਹਰ ਨਿਕਾਲ ਲਿਆ ਜਾਤਾ ਹੈ, ਜਬ ਆਪ ਘਰ ਸੇ ਬਾਹਰ ਨਿਕਲ ਰਹੇ ਹੈ ਤੋ ਆਪਕੋ ਔਰ ਗਰਮੀ ਲੱਗਦੀ ਹੈ। ਤੋ ਆਪ ਗਰਮੀ ਮਤ ਖਾ, ਵਾਈਬਰ ਏਸੀ ਚਲਾ। ਵਾਈਬਰ ਏਸੀ 52 ਡਿਗਰੀ ਕੀ ਭਯੰਕਰ ਗਰਮੀ ਮੇ ਵੀ ਰੱਖੇ ਆਪਕੇ ਦਿਮਾਗ ਕੋ ਠੰਡਾ। When it's about style, it's Simco. Simco Swift Power Hair Spray in Ultra Strong, Mega Strong and System Professional. Simco Swift Power Hair Spray. Style begins with it. ਇਸ ਲਈ ਸਿਮਕੋ ਸਵਿਫਟ ਮੈਨ ਲੌਂਗ ਲਾਸਟਿੰਗ ਡੀਓਸ। ਬਾਕੀ ਸਭ ਭੁੱਲ ਹੈ, ਸਿਮਕੋ ਸਵਿਫਟ ਕੂਲ ਹੈ। ਸਾਡੀ ਮਾਂ ਬੋਲੀ ਪੰਜਾਬੀ, ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ।
ਸਿੱਖ ਪਿਆਰਾ ਆਓ ਬਣੀ। ਤੋ ਦਰਸ਼ਕੋ, ਆਓ ਬਣੀਏ ਗੁਰਸਿੱਖ ਪਿਆਰਾ ਦੇ ਇਸ ਐਪੀਸੋਡ ਦੇ ਵਿੱਚ ਆਪਣੇ ਦਰਸ਼ਕਾਂ ਦਾ ਅਸੀਂ ਮੁੜ ਤੋਂ ਸਵਾਗਤ ਕਰਦੇ ਹਾਂ। 15ਵਾਂ ਐਪੀਸੋਡ, 32ਵਾਂ ਸੀਜ਼ਨ ਫਿਨਾਲੇ, ਔਰ ਬ੍ਰੇਕ ਤੋਂ ਬਾਅਦ ਪ੍ਰਸ਼ਨਾਂ ਦੀ ਲੜੀ ਸ਼ੁਰੂ ਹੋਣ ਜਾ ਰਹੀ ਹੈ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਸਰਦਾਰ ਹਰਜਿੰਦਰ ਸਿੰਘ ਜੀ ਇਸ ਪ੍ਰਤੀਯੋਗਤਾ ਨੂੰ, ਉਪਕਾਰ ਕੌਰ ਜੀ ਜਿਹੜੇ ਕਿ ਭਿਲਾਈ ਤੋਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨਾਲ ਦੋ ਪ੍ਰਸ਼ਨ ਖੇਲ ਚੁੱਕੇ ਸਨ, ਔਰ ਅਗਲੀ ਕੜੀ ਜਿਹੜੀ ਹੈ ਉਹ ਹੁਣ ਸ਼ੁਰੂ ਕਰਨ ਜਾ ਰਹੇ ਹਾਂ। ਆਪ ਤਿਆਰ ਹੋ ਜੀ? ਹਾਂਜੀ ਵਾਹਿਗੁਰੂ ਜੀ। ਰਾਜਨੀ ਉਪਕਾਰ ਕੌਰ ਜੀ, ਆਪ ਦੋ ਪ੍ਰਸ਼ਨਾਂ ਦੇ ਉੱਤਰ ਦੇ ਚੁੱਕੇ ਸੋ, ਤੀਸਰਾ ਪ੍ਰਸ਼ਨ ਆਪ ਜੀ ਨੂੰ ਦਿੱਤਾ ਜਾਣਾ ਹੈ। ਤੀਸਰਾ ਪ੍ਰਸ਼ਨ ਹੈ, ਸੁਖਮਣੀ ਸਾਹਿਬ ਦੇ ਵਿੱਚੋਂ ਅਗਲੀ ਗੁਰਬਾਣੀ ਤੁਕ ਪੂਰੀ ਕਰੋ। ਹੁਣ ਆਪ ਜੀ ਨੂੰ ਇੱਕ ਆਡੀਓ ਕਲਿੱਪ ਸੁਣਾਈ ਜਾਣੀ ਹੈ, ਆਪਨੇ ਕਿਰਪਾ ਕਰਕੇ ਉਹ ਬੜੇ ਧਿਆਨ ਨਾਲ ਸੁਣਨੀ ਹੈ, ਔਰ ਉਸ ਤੋਂ ਬਾਅਦ ਆਪਨੇ ਅਗਲੀ ਤੁਕ ਦੱਸਣੀ ਹੈ। ਤਾਂ ਆਡੀਓ ਕਲਿੱਪ ਔਨ ਕੀਤੀ ਜਾਵੇ। ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ। ਕਈ ਕੋਟ ਦਰਸ਼ਨ ਪ੍ਰਪਿਆਸ, ਤਿਨ ਕੋ ਮਿਲਿਓ ਪ੍ਰਭ ਵਿਨਾਸ਼। ਤੋ ਦੇਖਦੇ ਹਾਂ ਉਪਕਾਰ ਕੌਰ ਜੀ, ਕੰਪਿਊਟਰ ਜੀ ਕਿੰਨਾ ਕੁ ਸਹਿਮਤ ਨੇ। ਤੁਹਾਡਾ ਉੱਤਰ ਬਿਲਕੁਲ ਠੀਕ ਹੋ ਗਿਆ। ਤੋ ਕਿਰਪਾ ਕਰਕੇ ਆਪ ਇਹ ਪੂਰੀ ਤੁਕ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹੈ ਜਿਹੜੀ ਹੈ, ਇਸ ਨੂੰ ਆਪਣੇ ਮਧੁਰ ਆਵਾਜ਼ 'ਤੇ ਸਾਡੇ ਦਰਸ਼ਕਾਂ ਵਾਸਤੇ ਪੜ੍ਹ ਕੇ ਸੁਣਾ ਦਿਓ। ਹਾਂਜੀ। ਕਈ ਕੋਟ ਪ੍ਰਭ ਕੋ ਖੋਜਨ ਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ। ਕਈ ਕੋਟ ਦਰਸ਼ਨ ਪ੍ਰਪਿਆਸ, ਤਿਨ ਕੋ ਮਿਲਿਓ ਪ੍ਰਭ ਵਿਨਾਸ਼। ਬਿਲਕੁਲ ਠੀਕ, ਆਪ ਜੀ ਨੇ ਉੱਤਰ ਦੇ ਦਿੱਤਾ ਹੈ, ਮੁਬਾਰਕ ਹੈ। ਇਹ ਉਹੀ ਲੋਕ ਪੜ੍ਹ ਸਕਦੇ ਨੇ ਜਿਨ੍ਹਾਂ ਬਾਣੀ ਕੰਠ ਕੀਤੀ ਹੋਵੇ। ਸਾਨੂੰ ਖੁਸ਼ੀ ਹੁੰਦੀ ਹੈ ਕਿ ਅਸੀਂ ਇਹ ਪ੍ਰਤੀਯੋਗਤਾ ਵਿਚਕਾਰ ਜਿਹੜੇ ਸੁਖਮਣੀ ਸਾਹਿਬ ਦੇ ਪਾਠ ਆਪਣੇ ਪ੍ਰਤੀਯੋਗੀਆਂ ਵਾਸਤੇ ਭੇਜੇ ਨੇ, ਉਹ ਉਹਨਾਂ ਨੇ ਕੰਠ ਵੀ ਕੀਤੇ, ਕਾਫੀਆਂ ਨੇ। ਸੋ ਵਧਾਂਗੇ ਚੌਥੇ ਪ੍ਰਸ਼ਨ ਵੱਲ। ਗੁਰਬਾਣੀ ਦੀ ਹੇਠ ਲਿਖੀ ਤੁੱਕ ਵਿੱਚ ਉਜਾਗਰ ਹੋਏ ਸ਼ਬਦ ਦਾ ਕੀ ਅਰਥ ਹੈ? ਇਹ ਕਿਉਂਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ ਸਹਿਭੰਗ, ਗੁਰਪ੍ਰਸਾਦ। ਇੱਥੇ ਸਹਿਭੰਗ ਸ਼ਬਦ ਹੈ, ਇਸ ਨੂੰ ਉਜਾਗਰ ਕੀਤਾ, ਆਪ ਜੀ ਨੇ ਉਹਦਾ ਭਾਵ ਦੱਸਣਾ ਹੈ। ਏ, ਆਪਣੇ ਆਪ ਨੂੰ ਭੰਗ ਕਰਨਾ। ਬੀ, ਸਭ ਕੁਝ। ਸੀ, ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ। ਆਪਸ਼ਨ ਡੀ, ਕੋਈ ਵੀ ਮੰਤਰ। ਸਰ, ਮੈਂ ਸੀ ਆਪਸ਼ਨ ਨਾਲ ਜਾਣਾ ਚਾਹਾਂਗੀ, ਸੈਲਫ ਐਕਸਿਸਟੈਂਟ, ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਜੀ। ਆਪਸ਼ਨ ਸੀ ਨੂੰ ਲੌਕ ਕਰਕੇ ਦੇਖਦੇ ਹਾਂ ਕਿ ਤੁਹਾਡਾ ਉੱਤਰ ਠੀਕ ਹੈ ਕਿ ਨਹੀਂ। ਬਿਲਕੁਲ ਠੀਕ ਹੈ, ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ। ਤਾਂ ਵਧਾਂਗੇ ਪੰਜਵੇਂ ਪ੍ਰਸ਼ਨ ਵੱਲ। ਆਈਡੈਂਟੀਫਾਈ ਦ ਸਿੱਖ ਆਰਟਿਸਟ, ਸਿੱਖ ਕਲਾਕਾਰ ਦੀ ਪਹਿਚਾਣ ਕਰੋ। ਆਪ ਜੀ ਨੂੰ ਚਿੱਤਰ ਦਿਖਾਇਆ ਜਾਣਾ, ਆਪ ਜੀ ਨੇ ਪਹਿਚਾਣ ਕਰਨੀ ਹੈ ਕਿ ਇਹ ਚਿੱਤਰ ਕਿੰਨਾ ਦਾ ਹੈ। ਤੁਹਾਡੀਆਂ ਆਪਸ਼ਨਸ ਨੇ, ਏ ਸਰਦਾਰ ਕਿਰਪਾਲ ਸਿੰਘ, ਬੀ ਅਜੀਤਪਾਲ ਸਿੰਘ, ਸੀ ਸੋਭਾ ਸਿੰਘ, ਡੀ ਸਰਦਾਰ ਕਨਵਰ ਸਿੰਘ। ਸਰ, ਮੈਂ ਆਪਸ਼ਨ ਏ, ਸਰਦਾਰ ਕਿਰਪਾਲ ਸਿੰਘ ਜੀ ਦੇ ਨਾਲ ਜਾਣਾ ਚਾਹਾਂਗੀ ਜੀ।
ਆਪਸ਼ਨ ਇਹਨੂੰ ਲੌਕ ਕਰਕੇ ਦੇਖਦੇ ਹਾਂ ਕਿ ਇਹਨਾਂ ਦਾ ਉੱਤਰ ਠੀਕ ਹੈ ਕਿ ਨਹੀਂ। ਬਿਲਕੁਲ ਠੀਕ ਹੈ, ਸਰਦਾਰ ਕਿਰਪਾਲ ਸਿੰਘ ਜੀ ਜਿਹੜੇ ਆਰਟਿਸਟ ਨੇ, ਇਹ ਉਹਨਾਂ ਦੇ ਚਿੱਤਰ ਸੀ ਔਰ ਇਹਨਾਂ ਦੇ ਬਾਰੇ ਪੂਰੀ ਡਿਟੇਲ ਜਿਹੜੀ ਹੈ ਸਾਡੇ ਦਰਸ਼ਕ ਦੇਖ ਸਕਦੇ ਨੇ। ਇਹਨਾਂ ਸਿੱਖ ਇਤਿਹਾਸ ਦੇ ਉੱਤੇ ਸਰ ਕਿਰਪਾਲ ਸਿੰਘ ਜੀ ਨੇ ਬਹੁਤ ਸਾਰੀਆਂ ਪੇਂਟਿੰਗਸ ਬਣਾਈਆਂ ਨੇ ਔਰ ਇਹਨਾਂ ਦੀਆਂ ਪੇਂਟਿੰਗ 'ਚ ਖਾਸੀਅਤ ਇਹ ਸੀ ਕਿ ਇਹ ਇਤਿਹਾਸ ਦੀਆਂ ਘਟਨਾਵਾਂ ਨੂੰ ਲੈ ਕੇ ਜਿਹੜਾ ਹੈ ਉਹ ਚਿੱਤਰ ਬਣਾਇਆ ਕਰਦੇ ਸਨ। ਇਹਨਾਂ ਦੇ ਬਹੁਤ ਸਾਰੇ ਜਿਹੜੇ ਨੇ ਜਿਹੜੇ ਮਿਊਜ਼ੀਅਮਸ ਨੇ ਉਹਦਾ ਇਹਨਾਂ ਨੇ ਜਿਹੜਾ ਹੈ ਇਹਨਾਂ ਦੀਆਂ ਪੇਂਟਿੰਗਸ ਦੇ ਨਾਲ ਉਹ ਖਜ਼ਾਨੇ ਨਾਲ ਭਰਪੂਰ ਹਨ, ਜਿਹਦੇ ਵਿਚਕਾਰ ਅਗਰ ਕਹਿ ਸਕਦੇ ਹਾਂ ਕਿ ਗੋਲਡਨ ਟੈਂਪਲ ਦਾ ਜਿਹੜਾ ਸੈਂਟਰਲ ਮਿਊਜ਼ੀਅਮ ਹੈ, ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਮੈਮੋਰੀਅਲ, ਫਿਰੋਜ਼ ਸ਼ਾਹ ਫਿਰੋਜ਼ਪੁਰ ਦੇ ਰੋਡ ਦੇ ਉੱਤੇ ਜਿਹੜਾ ਪੰਜਾਬ 'ਚ ਹੈ, ਬਾਬਾ ਬਘੇਲ ਸਿੰਘ ਮਿਊਜ਼ੀਅਮ ਦਿੱਲੀ ਵਿੱਚ ਜਿਹੜਾ ਪਹਿਲੇ ਬਣਾਇਆ ਗਿਆ ਸੀ, ਔਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਪੇਂਟਿੰਗ ਸਾਨੂੰ ਵੇਖਣ ਨੂੰ ਮਿਲਦੀਆਂ ਨੇ। ਜੇ ਮੈਂ ਗਲਤ ਨਹੀਂ ਤਾਂ ਪੰਜਾਬ ਐਂਡ ਸਿੰਘ ਬੈਂਕ ਦੇ ਕੈਲੰਡਰ ਦੇ ਉੱਤੇ ਸਰ ਕਿਰਪਾਲ ਸਿੰਘ ਜੀ ਦੀਆਂ ਬਹੁਤ ਸਾਰੀਆਂ ਪੇਂਟਿੰਗ ਜਿਹੜੀਆਂ ਨੇ ਉਹ ਇਤਿਹਾਸਿਕ ਤੌਰ ਦੇ ਉੱਤੇ ਅੱਜ ਵੀ ਸਾਡੇ ਸਾਹਮਣੇ ਨਜ਼ਰ ਆਉਂਦੀਆਂ ਨੇ। ਤਾਂ ਵਧਾਂਗੇ ਅਗਲੇ ਪ੍ਰਸ਼ਨ ਵੱਲ ਔਰ ਇਸ ਨਾਲ ਨਾਲ ਵਧਾਈ ਹੈ ਤੁਹਾਨੂੰ। ਕਿ ਤੁਸੀਂ 5 ਪ੍ਰਸ਼ਨ ਦੀ ਸਫਲਤਾਪੂਰਵਕ ਉੱਤਰ ਦੇ ਕੇ ਹੁਣ 6ਵੇਂ ਵਿੱਚ ਐਂਟਰ ਕਰ ਰਹੇ ਹੋ ਅਗਲੇ ਭਾਗ ਦੇ ਵਿਚਕਾਰ ਔਰ ਟਾਈਮ ਹੋ ਗਿਆ 60 ਸੈਕਿੰਡ ਦਾ ਔਰ ਇੱਕ ਨਾਲ ਲਾਈਫ ਲਾਈਨ ਵੱਧ ਗਈ 50-50। ਵਧਾਂਗੇ 6ਵੇਂ ਪ੍ਰਸ਼ਨ ਵੱਲ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿੱਚ ਕੁਰੀਤੀਆਂ ਅਤੇ ਅਨਰਥ ਹੁੰਦਾ ਵੇਖ ਕੇ ਸੰਗਤਾਂ ਨੇ ਗੁਰਦੁਆਰੇ ਦਾ ਪ੍ਰਬੰਧ ਸੁਧਾਰਨ ਲਈ ਕਦੋਂ ਗੁਰਮਤਾ ਪਾਸ ਕੀਤਾ? ਤੁਹਾਡੀਆਂ ਆਪਸ਼ਨਸ ਨੇ ਏ ਅਕਤੂਬਰ 1920, ਬੀ ਫਰਵਰੀ 1921, ਸੀ ਅਕਤੂਬਰ 1918, ਡੀ ਨਵੰਬਰ 1921। ਸਰ ਮੈਂ ਆਪਸ਼ਨ ਏ ਨਾਲ ਜਾਣਾ ਚਾਹਾਂਗੀ, ਅਕਤੂਬਰ 1920 ਵਿੱਚ। ਆਪਸ਼ਨ ਏ ਨੂੰ ਲੌਕ ਕਰਦੇ ਹਾਂ ਔਰ ਦੇਖਦੇ ਹਾਂ ਕਿ ਉਪਕਾਰ ਕੌਰ ਜੀ ਦੇ ਨਾਲ ਕੰਪਿਊਟਰ ਜੀ ਕਿੰਨਾ ਕੁ ਸਹਿਮਤ ਨੇ। ਬਿਲਕੁਲ ਠੀਕ ਹੈ, ਆਪਸ਼ਨ ਏ ਅਕਤੂਬਰ 1920। ਵਧਾਂਗੇ 7ਵੇਂ ਪ੍ਰਸ਼ਨ ਵੱਲ। ਸਿੱਖ ਵਕੀਲ ਜੋੜਾ ਅੰਮ੍ਰਿਤਪਾਲ ਸਿੰਘ ਅਤੇ ਸਤਵਿੰਦਰ ਕੌਰ 13 ਦਸੰਬਰ 2023 ਨੂੰ ਕਿਸ ਹਾਈ ਕੋਰਟ ਤੋਂ ਔਰੰਗਾਬਾਦ ਦੇ ਮਿਊਂਸਪਲ ਅਧਿਕਾਰੀਆਂ ਨੂੰ ਆਨੰਦ ਕਾਰਜ ਮੈਰਿਜ ਐਕਟ 1909 ਦੇ ਤਹਿਤ ਮੈਰਿਜ ਸਰਟੀਫਿਕੇਟ ਜਾਰੀ ਕਰਨ ਦਾ ਆਦੇਸ਼ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ? ਤੁਹਾਡੀਆਂ ਆਪਸ਼ਨ ਨੇ ਏ ਇਲਾਹਾਬਾਦ ਹਾਈ ਕੋਰਟ, ਬੀ ਔਰੰਗਾਬਾਦ ਹਾਈ ਕੋਰਟ, ਸੀ ਬੰਬੇ ਹਾਈ ਕੋਰਟ, ਡੀ ਦਿੱਲੀ ਹਾਈ ਕੋਰਟ। ਸਰ ਮੈਂ 50-50 ਦੀ ਲਾਈਫ ਲਾਈਨ ਲੈਣਾ ਚਾਹੁੰਦੀ ਹਾਂ। ਓਕੇ, ਸਮਾਂ ਰੋਕ ਤਾ ਗਿਆ, 2 ਗਲਤ ਆਪਸ਼ਨ ਕੰਪਿਊਟਰ ਜੀ ਹਟਾਤੀਆਂ ਜਾਣ, ਫਿਰ ਦੇਖਦੇ ਹਾਂ ਕਿ ਉਪਕਾਰ ਕੌਰ ਜੀ ਉਹਦਾ ਉੱਤਰ ਦੇ ਪਾਉਂਦੇ ਨੇ ਕਿ ਨਹੀਂ। ਤਾਂ ਉਪਕਾਰ ਕੌਰ ਜੀ ਆਪਸ਼ਨ ਏ ਔਰ ਆਪਸ਼ਨ ਡੀ ਯਾਨੀ ਕਿ ਇਲਾਹਾਬਾਦ ਹਾਈ ਕੋਰਟ ਔਰ ਦਿੱਲੀ ਹਾਈ ਕੋਰਟ ਜਿਹੜਾ ਹਟਾ ਦਿੱਤਾ ਗਿਆ। ਹੁਣ ਤੁਹਾਡੇ ਕੋਲ 2 ਆਪਸ਼ਨ ਰਹਿ ਗਈਆਂ ਨੇ, ਬੀ ਔਰੰਗਾਬਾਦ ਹਾਈ ਕੋਰਟ ਅਤੇ ਸੀ ਬੰਬੇ ਹਾਈ ਕੋਰਟ। ਸਰ ਮੈਂ ਆਪਸ਼ਨ ਸੀ ਬੰਬੇ ਹਾਈ ਕੋਰਟ ਨਾਲ ਜਾਣਾ ਚਾਹਾਂਗੀ। ਤਾਂ ਆਪਸ਼ਨ ਸੀ ਨੂੰ ਲੌਕ ਕਰਕੇ ਦੇਖਦੇ ਹਾਂ ਤੁਹਾਡਾ ਉੱਤਰ ਗਲਤ ਹੈ ਕਿ ਠੀਕ ਹੈ। ਬਿਲਕੁਲ ਠੀਕ, ਬੰਬੇ ਹਾਈ ਕੋਰਟ ਜਿਹੜਾ ਹੈ ਉਹ ਆਪ ਜੀ ਨੇ ਸਹੀ ਉੱਤਰ ਦੇ ਦਿੱਤਾ ਹੈ। ਆਈਡੈਂਟੀਫਾਈ ਦ ਵਾਇਸ ਆਫ ਅ ਸਿੱਖ ਸਕਾਲਰ, ਸਿੱਖ ਵਿਦਵਾਨ ਦੀ ਆਵਾਜ਼ ਦੀ ਪਹਿਚਾਣ ਕਰੋ, ਤੁਹਾਡੇ ਸਾਹਮਣੇ ਆ ਰਹੀ ਆਵਾਜ਼ ਸੁਣੋ ਔਰ ਉਸ ਤੋਂ ਬਾਅਦ ਆਪ ਜੀ ਨੇ ਆਪਸ਼ਨ 'ਚੋਂ ਜਵਾਬ ਦੇਣਾ। ਜਿਵੇਂ ਰਾਮ ਚੰਦਰ ਜੀ ਬਾਰੇ ਕਿਹਾ ਜਾ ਰਿਹਾ, ਵਿਦ ਡਿਊ ਰਿਸਪੈਕਟ ਟੂ ਆਲ ਦ ਰਿਲੀਜਨਸ, ਸਾਡਾ ਕਿਸੇ ਧਰਮ ਨਾਲ ਕੋਈ ਵਿਵਾਦ ਨਹੀਂ, ਲੇਕਿਨ ਜੋ ਸਾਡੀ ਫਿਲੋਸਫੀ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਸ਼ਬਦ ਵਾਰ ਵਾਰ ਆਉਂਦਾ, ਲੇਕਿਨ ਰਾਮ ਸ਼ਬਦ ਆਉਂਦਾ ਇੱਕ ਅਕਾਲ ਪੁਰਖ ਵਾਸਤੇ,
ਉਸ ਰਾਮ ਨੂੰ ਅਸੀਂ ਮੰਨਿਆ ਜਿਹੜਾ ਕਣ ਕਣ ਦੇ ਵਿੱਚ ਰਮਿਆ ਹੋਇਆ। ਇਹਦੇ ਬਾਰੇ ਇੰਨੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿੰਨੇ ਮੈਂ ਪ੍ਰਮਾਣ ਤੁਹਾਨੂੰ ਦੇ ਲਵਾਂ ਉਹਨੇ ਥੋੜ੍ਹੇ ਨੇ, ਰਮਤ ਰਾਮ ਸਭ ਕਹਿਓ ਸਮਾਏ, ਰਮਤ ਰਾਮ ਜਿਹੜਾ ਕਣ ਕਣ 'ਚ ਰਮਿਆ ਹੋਇਆ। ਤੋ ਤੁਹਾਡੀਆਂ ਆਪਸ਼ਨਸ ਨੇ ਏ ਡਾਕਟਰ ਹਰਜਿੰਦਰ ਸਿੰਘ ਗਲਗੀਰ, ਬੀ ਗਿਆਨੀ ਸਰਬਜੀਤ ਸਿੰਘ ਧੂਮਾ, ਸੀ ਭਾਈ ਰਣਜਿੰਦਰ ਸਿੰਘ ਜੀ ਖਾਲਸਾ, ਡੀ ਪ੍ਰੋਫੈਸਰ ਇੰਦਰ ਸਿੰਘ ਕਾਗਾ। ਕਿਹਦੇ ਨਾਲ ਜਾਣਾ ਚਾਹੋਗੇ? ਸਰ ਮੈਂ ਆਪਸ਼ਨ ਸੀ ਭਾਈ ਰਾਜਿੰਦਰ ਸਿੰਘ ਜੀ ਖਾਲਸਾ ਨਾਲ ਜਾਣਾ ਚਾਹਾਂਗੀ। ਆਪਸ਼ਨ ਸੀ ਨੂੰ ਲੌਕ ਕਰਕੇ ਦੇਖਦੇ ਹਾਂ ਤੁਹਾਡਾ ਉੱਤਰ ਠੀਕ ਹੈ ਕਿ ਨਹੀਂ। ਬਿਲਕੁਲ ਠੀਕ, ਭਾਈ ਰਜਿੰਦਰ ਸਿੰਘ ਖਾਲਸਾ ਇਜ਼ ਦਾ ਰਾਈਟ ਆਨਸਰ। ਨੌਵਾਂ ਪ੍ਰਸ਼ਨ ਔਰ ਟਾਈਟਲ ਤੁਹਾਡੇ ਕੋਲ, ਦੇਖੋ ਇਹ ਕਿੰਨਾ ਕੁ ਫਰਕ ਪੈਂਦਾ ਹੈ। ਨੌਵਾਂ ਪ੍ਰਸ਼ਨ ਆਪ ਜੀ ਦੀ ਸਕਰੀਨ ਤੇ। ਦਸੰਬਰ 2023 ਵਿੱਚ ਕਿਸ ਸਿੱਖ ਫਲਾਇੰਗ ਆਫਿਸਰ ਨੂੰ ਏਅਰਫੋਰਸ ਅਕੈਡਮੀ ਵਿੱਚ ਜ਼ਮੀਨੀ ਡਿਊਟੀ ਸ਼ਾਖਾਵਾਂ ਵਿੱਚ ਮੈਰਿਟ ਦੇ ਸਮੁੱਚੇ ਕ੍ਰਮ ਵਿੱਚ ਪਹਿਲੇ ਸਥਾਨ 'ਤੇ ਰਹਿਣ ਲਈ ਭਾਰਤ ਦੇ ਰੱਖਿਆ ਮੰਤਰੀ ਦੁਆਰਾ ਵਕਾਰੀ ਰਾਸ਼ਟਰਪਤੀ ਤਖ਼ਤੀ ਨਾਲ ਸਨਮਾਨਿਤ ਕੀਤਾ ਗਿਆ ਹੈ? ਤੁਹਾਡੀਆਂ ਆਪਸ਼ਨਸ ਨੇ ਏ ਵਰਿੰਦਰ ਸਿੰਘ, ਬੀ ਨਮਨਪ੍ਰੀਤ ਸਿੰਘ, ਸੀ ਮਨਜੋਤ ਸਿੰਘ, ਡੀ ਅਮਰਿੰਦਰਜੀਤ ਸਿੰਘ। ਸਰ ਇੱਥੇ ਮੈਨੂੰ ਥੋੜ੍ਹਾ ਜਿਹਾ ਕਨਫਿਊਜ਼ਨ ਹੈ, ਮੈਂ ਇੱਥੇ ਆਪਣੀ ਦੂਸਰੀ ਲਾਈਫ ਲਾਈਨ ਲੈਣਾ ਚਾਹੁੰਦੀ ਹਾਂ ਜੀ। ਤੋ ਸਮਾਂ ਰੋਕ ਦਿੱਤਾ ਗਿਆ, ਬੜੇ ਸਿਆਣੇ ਤਰੀਕੇ ਦੇ ਨਾਲ ਆਪ ਜੀ ਨੇ ਜਿਹੜਾ ਹੈ ਉਹ ਐਕਸਪਰਟ ਐਡਵਾਈਸ ਦਾ ਇਸਤੇਮਾਲ ਕਰ ਰਹੇ ਹੋ। ਸਾਡੇ ਨਾਲ ਅੱਜ ਸਰਦਾਰ ਸੁਮੀਤ ਸਿੰਘ ਜੀ ਅਰੋੜਾ, ਜਿਹੜੇ ਕਿ ਸਰੀ ਵੈਨਕੂਵਰ ਤੋਂ ਸਾਡੇ ਨਾਲ ਜੁੜੇ ਹੋਏ ਨੇ। ਸਰ ਸੁਮੀਤ ਸਿੰਘ ਜੀ, ਆਪ ਦੇਖ ਰਹੇ ਹੋ ਕਿ ਉਪਕਾਰ ਕੌਰ ਜੀ ਜਿਹੜੇ ਭਲਾਈ ਤੋਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਇਸ ਪ੍ਰਸ਼ਨ 'ਤੇ ਆ ਕੇ ਤੁਹਾਡੇ ਸਹਿਯੋਗ ਦੀ ਲੋੜ ਪੈ ਗਈ ਹੈ। ਤੋ ਕਿਰਪਾ ਕਰਕੇ ਦੱਸੋ ਕਿ ਇਹਨਾਂ ਨੂੰ ਕਿਹੜੀ ਆਪਸ਼ਨ ਨਾਲ ਜਾਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਪਕਾਰ ਕੌਰ ਜੀ, ਮੇਰੇ ਹਿਸਾਬ ਨਾਲ ਤੁਹਾਨੂੰ ਆਪਸ਼ਨ ਡੀ ਨਾਲ ਜਾਣਾ ਚਾਹੀਦਾ। ਤੋ ਸੁਮੀਤ ਸਿੰਘ ਜੀ ਕਹਿ ਰਹੇ ਹਨ ਕਿ ਦ ਰਾਈਟ ਆਨਸਰ ਇਜ਼ ਅਮਰਿੰਦਰਜੀਤ ਸਿੰਘ। ਕੀ ਆਪ ਜੀ ਉਹਨਾਂ ਨਾਲ ਜਾਣਾ ਚਾਹੋਗੇ? ਹਾਂਜੀ ਸਰ, ਬਿਲਕੁਲ ਮੈਂ ਐਕਸਪਰਟ ਐਡਵਾਈਸ ਦੇ ਨਾਲ ਜਾਣਾ ਚਾਹੁੰਦੀ ਹਾਂ। ਆਓ ਬਣੀਏ ਗੁਰਸਿੱਖ ਪਿਆਰਾ ਪ੍ਰੋਗਰਾਮ ਦੇ ਅੰਦਰ, ਜਿਹੜਾ 32ਵੇਂ ਸੀਜ਼ਨ ਦਾ ਫਿਨਾਲੇ ਹੋ ਰਿਹਾ ਸੀ, ਉਸ ਫਿਨਾਲੇ ਦੇ ਵਿਚਕਾਰ ਤੁਸੀਂ ਆਓ ਬਣੀਏ ਗੁਰਸਿੱਖ ਪਿਆਰਾ ਦਾ ਟਾਈਟਲ ਜਿੱਤ ਗਏ ਹੋ। ਮੁਬਾਰਕ ਹੋਏ ਤੁਹਾਨੂੰ, ਬਹੁਤ ਬਹੁਤ ਮੁਬਾਰਕਾਂ। ਕੈਸਾ ਮਹਿਸੂਸ ਹੋ ਰਿਹਾ ਤੁਹਾਨੂੰ ਉਪਕਾਰ ਕੌਰ ਜੀ? ਸਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਟਾਈਟਲ ਵਿਨ ਕਰਕੇ, ਤੇ ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਅੰਗ ਸੰਗ ਸਹਾਈ ਹੋ ਕੇ ਮੇਰੇ ਕੋਲੋਂ ਇਹ ਸੇਵਾ ਲਈ ਹੈ, ਔਰ ਆਪ ਜੀ ਦੀ ਪੂਰੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸੋ ਉਪਕਾਰ ਕੌਰ ਜੀ, ਆਪ ਜੀ ਨੂੰ ਪਿਆਰ ਤੇ ਸਤਿਕਾਰ ਦੇਣ ਵਾਸਤੇ ਮੈਂ ਬੇਨਤੀ ਕਰਨ ਜਾ ਰਿਹਾ ਹਾਂ। ਸਰਦਾਰ ਜੋਇਦੀਪ ਸਿੰਘ ਜੀ ਅਤੇ ਵਨੀਤ ਕੌਰ ਜੀ, ਔਰ ਪਿਆਰੇ ਪਿਆਰੇ ਦੋਨੋਂ ਬੱਚੇ ਜਿਹੜੇ ਬੜਾ ਸਾਡੇ ਪ੍ਰੋਗਰਾਮ ਨਾਲ ਜੁੜੇ ਹੋਏ ਨੇ, ਦਿਵਨੂਰ ਸਿੰਘ ਅਤੇ ਅਨਜੋਤ ਸਿੰਘ, ਉਹ ਆਪ ਜੀ ਨੂੰ ਪਿਆਰ ਤੇ ਸਤਿਕਾਰ ਸਿਮਕੋ ਵੱਲੋਂ ਗਿਫਟ ਹੈਂਪਰ, ਅਤੇ ਸਾਡੀ ਟੀਮ ਵੱਲੋਂ ਸਰਦਾਰ ਕੁਲਵਿੰਦਰ ਸਿੰਘ ਜੀ ਔਰ ਮਨਦੀਪ ਕੌਰ ਜੀ ਜਿਹੜੇ ਕਿ ਸਾਡੀ ਟੀਮ ਦਾ ਹਿੱਸਾ ਵੀ ਨੇ, ਉਹ ਸਾਨੂੰ ਬੜਾ ਸਹਿਯੋਗ ਦਿੰਦੇ ਨੇ, ਉਹ ਇਹਨਾਂ ਨੂੰ ਪਿਆਰ ਅਤੇ ਸਤਿਕਾਰ ਦੇਣਗੇ। ਇਸ ਨੂੰ ਪ੍ਰਾਪਤ ਕਰੋ ਔਰ ਆਓ ਬਣੀਏ ਗੁਰਸਿੱਖ ਪਿਆਰਾ ਦਾ ਅੰਬੈਸਡਰ ਬਣ ਕੇ। ਕੇਵਲ ਟਾਈਟਲ ਜਿੱਤਣਾ ਨਹੀਂ, ਅੰਬੈਸਡਰ ਬਣ ਕੇ ਸੇਵਾ ਕਰਨੀ ਹੈ। ਅੱਜ ਸਾਰੀ ਸੰਗਤ ਦੇ ਸਾਹਮਣੇ, ਦਰਸ਼ਕਾਂ ਦੇ ਕਰੋੜਾਂ ਦਰਸ਼ਕਾਂ ਸਾਹਮਣੇ ਇਸ ਚੀਜ਼ ਦਾ ਵਚਨ ਕਰੋ। ਹਾਂਜੀ ਵਾਹਿਗੁਰੂ ਜੀ, ਮੈਂ ਹਮੇਸ਼ਾ ਤਤਪਰ ਹਾਂ ਜੀ। ਅੱਜ ਸੀਜ਼ਨ 32 ਦੇ 15 ਐਪੀਸੋਡ ਕੰਪਲੀਟ ਹੋ ਗਏ।
ਸਾਡੇ ਦਰਸ਼ਕਾਂ ਨੇ ਦੇਖਿਆ ਕਿ ਇਸ ਲੰਬੇ ਸਫ਼ਰ ਦੌਰਾਨ ਲਗਭਗ 21 ਪਾਰਟੀਸਪੈਂਟਸ ਨੇ ਪਾਰਟੀਸਪੇਟ ਕੀਤਾ ਔਰ ਉਹਨਾਂ ਨੇ ਸਾਰਿਆਂ ਨੇ ਹੀ ਆਪਣੇ ਵੱਲੋਂ ਬੜੀ ਅੱਛੀ ਕੋਸ਼ਿਸ਼ ਕੀਤੀ ਔਰ ਬਹੁਤ ਵਧੀਆ ਪਰਫੋਰਮ ਕੀਤਾ। ਇਹਨਾਂ ਸਾਰਿਆਂ ਤੋਂ ਇੰਸਪੀਰੇਸ਼ਨ ਲੈ ਕੇ ਸਾਡੇ ਅਗਲੇ ਆਉਣ ਵਾਲੇ ਸੀਜ਼ਨ 33 ਜਿਨ੍ਹਾਂ ਦੇ ਸਿਲੈਕਸ਼ਨ ਟੈਸਟ ਆਲਰੇਡੀ ਹੋ ਚੁੱਕੇ ਔਰ ਉਹ ਤਿਆਰੀ ਵੀ ਕਰ ਰਹੇ ਹਨ, ਸਿਲੇਬਸ ਉਹਨਾਂ ਨੂੰ ਪੁੱਛ ਚੁੱਕੇ ਹਨ, ਤਾਂ ਉਮੀਦ ਕਰਦੇ ਹਾਂ ਕਿ ਇਸੀ ਤਰ੍ਹਾਂ ਉਹ ਵੀ ਟੀਵੀ 'ਤੇ ਆਪਣਾ ਅੱਛਾ ਪਰਫੋਰਮੈਂਸ ਦੇਣਗੇ। ਸੋ ਇੰਤਜ਼ਾਰ ਕਰੋ ਅਗਲੇ ਹਫ਼ਤੇ ਦੀ ਜਦੋਂ ਅਸੀਂ ਆਪ ਜੀ ਦੇ ਕੋਲ 33ਵੇਂ ਸੀਜ਼ਨ ਦਾ ਆਗਾਜ਼ ਕਰਾਂਗੇ। ਦਰਸ਼ਕੋ, ਜਿੱਦਾਂ ਕਿ ਵੀਰ ਹਰਜਿੰਦਰ ਸਿੰਘ ਜੀ ਨੇ ਦੱਸਿਆ ਹੈ ਕਿ 33ਵਾਂ ਸੀਜ਼ਨ ਆਉਣ ਜਾ ਰਿਹਾ ਹੈ ਔਰ 32ਵਾਂ ਦਾ ਫਿਨਾਲੇ ਯਾਨੀ ਕਿ ਆਖਰੀ ਹਿੱਸਾ ਅੱਗੇ ਵੱਧਦਾ ਪਿਆ। ਹੁਣ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਵਿੱਚ ਜਿੱਥੇ ਕਿ ਸਾਡੀ ਟੀਮ ਦਾ ਪੂਰਾ ਸਹਿਯੋਗ ਰਿਹਾ, ਸਾਡੇ ਸਪੌਂਸਰ ਦਾ ਸਾਨੂੰ ਪੂਰਾ ਸਹਿਯੋਗ ਰਿਹਾ ਔਰ ਵੱਡਾ ਸਹਿਯੋਗ ਜਿਹੜਾ ਹੈ ਮੈਂ ਕਹਾਂ ਅਸੀਸ ਗੁਰੂ ਸਾਹਿਬ ਦੀ ਅਤੇ ਤੁਹਾਡਾ ਪਿਆਰ ਰਿਹਾ। 10 ਸਾਲਾਂ 'ਚ ਇਤਨਾ ਪਿਆਰ ਦਿੱਤਾ ਹੈ ਜਿਹੜਾ ਅੱਜ ਤੱਕ ਕਿਸੇ ਕੁਇਜ਼ ਪ੍ਰੋਗਰਾਮ ਨੂੰ ਨਹੀਂ ਮਿਲਿਆ ਔਰ ਇਸ ਪਿਆਰ ਦੀ ਨਿਰੰਤਰਤਾ ਬਣਾਈ ਰੱਖਣਾ ਤਾਂ ਕਿ ਸਾਡੀ ਟੀਮ ਦਾ ਹੌਸਲਾ ਵਧਿਆ ਰਹੇ। ਜਿੱਥੇ ਸਾਡੀ ਟੈਕਨੀਕਲ ਟੀਮ ਨੇ ਤੁਹਾਡੇ ਤੱਕ ਅੱਛਾ ਪ੍ਰੋਗਰਾਮ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਦੇ ਵਿਚਕਾਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਗਿਆਨ 'ਚ ਆਪਣੇ ਅਤੇ ਦਰਸ਼ਕਾਂ ਦੇ ਗਿਆਨ 'ਚ ਵਾਧਾ ਕੀਤਾ ਜਾ ਸਕੇ। ਅਸੀਂ ਕੋਸ਼ਿਸ਼ ਤੁਹਾਨੂੰ ਡਿਲੀਵਰ ਕਰਨ ਦੀ ਕਰਦੇ ਹਾਂ ਔਰ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਦੇ ਵੀ ਹਾਂ ਜਿਹੜੇ ਸੁਝਾਅ ਤੁਸੀਂ ਸਮੇਂ ਸਮੇਂ ਦਿੱਤੇ। ਤੋ ਆਉਣ ਵਾਲੇ ਸਮੇਂ ਦੇ ਵਿੱਚ 33ਵਾਂ ਸੀਜ਼ਨ ਅਗਲੇ ਹਫ਼ਤੇ ਆ ਰਿਹਾ ਔਰ ਅਸੀਂ ਤੁਹਾਨੂੰ ਉਡੀਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।